स्वागत है किसान वीरो तुहाडा सिद्क डेयरी फार्मिंग दे विच। किसान वीरो अज जिहड़ी वीडियो बना रहे हैं ये शहर कोटकपुरा ते कोटकपुरा शहर दे विचों जैतो रोड दे उत्ते भगत सिंह चौंक आउंदा है। जैतो चुंगी भी इहनूं कहा जांदा है। नेड़े चंडीगढ़ वाले डॉक्टर का हस्पताल जिहड़ा बच्चों वाला वह रह जांदा है। शहर फरी कोटकपुरा ते जिला इहनूं फरीदकोट पैंदा है। जिहड़े घर चों वीडियो बना रहे हैं पहला एक वीडियो बनाई है। व्यापार का काम रूटीन च मझां इत्थे आउंदियां काफ़ी सारे नग हुंदे आ। अज भी तुहानूं दिखाऊंगा दोस्तों छे मझां जिहदे चों तीन गब्बण ते तीन ताजियां सूईयां होईयां मझां। वैसे गावां भी खड़ियां, गावां भी विक्री वास्ते आ जांदियां, पर हुण ज़्यादातर मझां इत्थे तुहानूं देखण नूं मिलणगियां। अज उह शुरुआत करिए दोस्तों सूई सवाई मझ पहले नंबर वाली तों, उदू बाद च नग जिहड़े उह दूजे तुहानूं दिखाउंदे जावांगे। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੋ ਵੀਰ। ਜਸਕਰਨ ਸਿੰਘ। ਠੀਕ ਹੈ ਜਸਕਰਨ ਬਾਈ, ਪੁਰਾਣਾ ਹੀ ਕੰਮ ਆ ਵਪਾਰ ਦਾ। ਜਿਹੜੀ ਪਹਿਲੇ ਨੰਬਰ ਤੇ ਮੱਝ ਆ ਸਾਹਮਣੇ ਵੀਰ ਖੜਾ ਕੋਲ, ਉਹਦੇ ਤੀਜਾ ਸੂਆ ਜੀ, ਤੀਜਾ ਦਿਨ ਸੂਈ ਨੂੰ ਅੱਜ। ਠੀਕ ਹੈ ਬੱਚਾ ਬਾਈ ਉਹਦੇ ਨਾਲ ਕੀ ਹੈ? ਬੱਚਾ ਆ ਕੱਟੀ ਹੈ। ਠੀਕ ਹੈ ਠੀਕ ਹੈ। ਸੋ ਦੱਸੋ ਕੱਟੀ ਨੀਲੀ ਰਾਵੀ ਨਸਲ ਦਾ ਸੀਮਣ ਕਿਸੇ ਵੀਰ ਨੇ ਲਵਾਇਆ ਹੋਊਗਾ, ਰੇਟ ਕੀ ਰੱਖੇਗਾ ਇਹਦਾ ਬਾਈ? ਰੇਟ ਦਾ ਲੱਖ ਰੁਪਇਆ। ਇੱਕ ਲੱਖ ਰੁਪਇਆ। ਸੋ ਦੱਸੋ ਇੱਕ ਲੱਖ ਰੁਪਇਆ ਡਿਮਾਂਡ ਹੈ ਤੀਜਾ ਸੂਆ ਤੇ ਤੀਜਾ ਹੀ ਦੇਣਾ ਸੂਈ ਨੂੰ। 10 ਕਿਲੋ ਬੋਹਲਾ ਵੀਰ ਦੱਸ ਰਿਹਾ ਵੀ ਇਹਦੇ ਥੱਲੇ ਤਿਆਰ ਹੈ। ਥੰਨ ਦਾ ਸਾਈਜ਼ ਥੋੜ੍ਹਾ ਲੰਬਾਈ 'ਚ ਹੈ, ਬਾਕੀ ਜਿਹੜਾ ਹਵਾਨਾ ਉਹ ਬੰਦ ਹੈ। ਉਹ ਤੁਸੀਂ ਤੁਹਾਨੂੰ ਚਿਹਰਾ ਦੇਖ ਸਕਦੇ ਹੋ। ਡਿਮਾਂਡ 1 ਲੱਖ ਰੁਪਇਆ ਮਾਨਤਾਨ ਵਿੱਚੋਂ ਹੋ ਜੂਗਾ। ਕੱਟੀ ਇਹਦੇ ਨਾਲ ਸੀਮਣ ਮੈਂ ਪਹਿਲਾਂ ਦੱਸਿਆ ਨੀਲੀ ਰਾਵੀ ਨਸਲ ਦਾ ਕਿਸੇ ਵੀਰ ਨੇ ਲਵਾਇਆ ਹੋਣਾ। ਇਹ ਕੱਟੀ ਇਸ ਮੱਝ ਦੇ ਨਾਲ ਹੈ ਜਿਹੜੀ ਪਹਿਲੇ ਨੰਬਰ 'ਤੇ ਤੋਰ ਕੇ ਦਿਖਾ ਰਹੇ ਹਾਂ। ਉਦੋਂ ਬਾਅਦ 'ਚ ਇੱਕ ਗਰੇਡਨ ਮੱਝ ਤੁਹਾਨੂੰ ਦਿਖਾਉਣੇ ਆ, ਤਾਜ਼ੀ ਸੂਈ ਵੀ। ਜਿਹੜੀ 2 ਨੰਬਰ 'ਤੇ ਮੱਝ ਹੈ ਬਾਈ ਇਹ ਆ ਸੁਬਾ ਸੂਈ। ਠੀਕ ਹੈ ਸੁਬਾ ਹੀ ਸੂਈ ਆ, ਬੱਚਾ ਮੇਰੇ ਖਿਆਲ ਕੱਟੀ ਇਹਨੇ ਦਿੱਤੀ। ਇਹਦਾ ਰੇਟ ਕੀ ਰੱਖਣਾ? ਇਹਦਾ 1.5 ਸੂਆ ਕਹਿੰਦਾ। ਤੀਜਾ ਸੂਆ ਸੂਈ ਤੋਰੀ ਬਾਈ, ਤੀਜਾ ਸੂਆ ਬੜੀ ਸੋਹਣੀ ਤਿਆਰੀ ਨਾਲ ਸੂਈ ਹੈ। ਉੱਧਰ ਨੂੰ ਲੈ ਜੀ ਭਾਵੇਂ ਬਰਾਂਡੇ ਵਾਲ ਨੂੰ ਵੀਰੇ। ਮੱਝ ਗਰੇਡਡ ਸੋਹਣੇ ਰੰਗ ਰੂਪ ਦੀ ਹੈ, ਮੀਡੀਅਮ ਹਾਈਟ ਹੈ, ਸਿੰਗ ਕੁੰਡਾ। ਹਵਾਨੇ ਦੀ ਤਿਆਰੀ ਦੇਖ ਲਓ ਜੇ, ਪੁੜੇ ਹਜੇ ਨਵੇਂ ਵੀ ਹੈ, ਕੋਈ ਚੱਕੇ ਨਹੀਂ ਪੁੜੇ। ਬਹੁਤ ਸੋਹਣਾ ਹਵਾਨਾ। 1,05,000 ਇਹਦੀ ਡਿਮਾਂਡ ਹੈ। ਮਾਨਤਾਨ ਵਿੱਚੋਂ ਹੋ ਜੂਗਾ ਥੋੜ੍ਹਾ ਬਹੁਤ। ਬਾ ਮੋੜ ਲੈ ਵੀਰੇ, ਹੱਥੀਂ ਚਵਾਈ ਵਾਲਾ ਥਣ ਰਹੂਗਾ। ਬਾਹਲਾ ਵੱਡਾ ਕੱਦ ਕਾਠ ਨਹੀਂ, ਪਰ ਜਿਹੜਾ ਹਵਾਨਾ ਹੈ ਉਹ ਬੜਾ ਸੋਹਣਾ। ਇਹਦਾ ਅਗਾੜੀ ਚੰਗੀ ਦਿਸਦੀ ਹੈ, ਅੱਗੇ ਨੂੰ ਹਵਾਨਾ ਕਾਫੀ ਵੱਡਾ ਦਿਖਾਉਂਦੀ ਹੈ। ਬਰੀਕ ਚਮੜੀ ਦੀ ਹੈ, ਪੂਛ ਬਰੀਕ ਹੈ, ਥਣ ਦਾ ਸਾਈਜ਼ ਜਿਹੜਾ ਉਹ ਬਹੁਤ ਸੋਹਣਾ। ਬੰਨ ਦਿਓ ਵੀਰੇ, ਅੱਗੇ ਨੂੰ ਹਵਾਨਾ ਦੇਖ ਸਕਦੇ ਹੋ ਤੁਸੀਂ, ਚੰਗਾ ਹਵਾਨਾ ਦੱਸੋ ਅੱਗੇ ਨੂੰ ਵੀ ਦਿਸਦਾ। ਇਸ ਮੱਝ ਦੇ ਜਿਹੜਾ ਸੀਮਣ ਉਹ ਨੀਲੀ ਰਾਵੀ ਦਾ ਲੱਗਣਾ ਚਾਹੀਦਾ ਅਤੇ ਨੀਲੀ ਰਾਵੀ ਦੇ ਬੱਚੇ ਸੋਹਣੇ ਪਾਊਗੀ। ਇਹਦੂ ਬਾਅਦ 'ਚ ਇੱਕ ਮੱਝ ਗੱਬਣ, ਬਿਲਕੁਲ ਤਿਆਰੀ ਦਿਸ ਰਹੀ ਹੈ ਇਸ ਟਾਈਮ ਸੂਣ ਦੀ। ਕਿੰਨਵਾਂ ਸੂਆ ਸੂ ਬਾਈ? ਤੀਜਾ ਸੂਆ ਸੂਣਾ ਜੀ। ਕਿੰਨਾ ਚਿਰ ਬਾਕੀ ਹੈ? ਬਸ ਅੱਜ ਸੂਬੇ ਦਾ ਰੇਟ ਇਹਦਾ ਬਾਈ? ਇਹਦਾ 1 ਲੱਖ। ਲੱਖ ਰੁਪਈਆ ਤੋਰੀ ਬਾਈ, 1 ਲੱਖ ਰੁਪਈਆ ਡਿਮਾਂਡ ਹੈ ਦੱਸੋ। ਅੱਜ ਰਾਤ ਤੱਕ ਇਹਨੇ ਸੂ ਪੈਣਾ, ਪੂੜੇ ਬਿਲਕੁਲ ਤੋੜੇ ਵੇ ਹੈ, ਹਵਾਨਾ ਜੋਸ਼ ਨਾਲ ਪੂਰਾ ਭਰਿਆ ਵਿਆ। ਇਹਦਾ ਰੇਟ 1 ਲੱਖ ਰੁਪਈਆ ਤੁਹਾਨੂੰ ਫੁੱਲ ਇਸ ਟਾਈਮ ਤਿਆਰੀ ਦੇ ਵਿੱਚ ਦਿਸਦੀ ਹੋਊਗੀ। ਅਜੇ ਜਦੋਂ ਵੱਟ ਕਰਨਾ ਸ਼ੁਰੂ ਕਰੂਗੀ, ਜਦੋਂ ਬੈਠੂ ਉੱਠੂ ਤਾਂ ਉਦੋਂ ਕੁਛ ਹਵਾਨਾ ਹੋਰ ਭਰੂਗੀ, ਹੋਰ ਕਰੜਾ ਕਰੂਗੀ। ਇਸ ਟਾਈਮ ਜਿੱਦਾਂ ਦਾ ਹੈ ਉਹ ਤੁਸੀਂ ਦੇਖ ਸਕਦੇ ਹੋ। ਸੂਏ ਬਾਰੇ ਹਮੇਸ਼ਾ ਇਹ ਗੱਲ ਕਰੀ ਦੀ ਹੈ ਵੀ ਇਹਨਾਂ ਦੇ ਵੀ ਪਸ਼ੂ ਖਰੀਦੇ ਹੁੰਦੇ ਆ, ਤੁਸੀਂ ਪਸ਼ੂ ਦੀ ਉਮਰ ਨੂੰ ਸਮਝਣਾ ਹੁੰਦਾ ਵੀ ਕਿੰਨਵਾਂ ਸੂਆ ਹੋ ਸਕਦੀ ਹੈ। ਬਾਕੀ ਜਿਹੜਾ ਸਟਰਕਚਰ ਹੈ ਉਹ ਤੁਹਾਡਾ ਤੁਸੀਂ ਇਸ ਮੱਝ ਦਾ ਸਾਹਮਣੇ ਦੇਖ ਸਕਦੇ ਹੋ, ਚੰਗੀ ਤਿਆਰੀ ਹੈ। ਸੋ ਇੱਕ ਹੋਰ ਮੱਝ ਵੀਰ ਕੋਲ ਇੱਧਰ ਅੱਗੇ ਸੂਈ ਸਵਾਈ ਹੈ, ਕਿੰਨਵਾਂ ਸੂਆ ਹੋਊਗੀ ਬਾਈ? ਇਹ ਦੂਜਾ ਸੂਆ ਜੀ। ਕਿੰਨਾ ਚਿਰ ਹੋਗਿਆ ਸੂਈ? ਇਹ ਕੱਲ੍ਹ ਸੂਈ ਹੈ, ਦੂਜਾ ਦਿਨ ਅੱਜ। ਠੀਕ ਹੈ, ਬੱਚਾ ਇਹਦੇ ਨਾਲ ਆ ਕੱਟੀ ਹੈ। ਠੀਕ ਹੈ, ਇਹਦਾ ਰੇਟ ਕੀ ਰੱਖਣਾ ਬਾਈ? ਇਹਦਾ 1.30 ਹੈ ਜੀ। ਖੁੱਲ ਗੱਡੀ ਬਾਈ, 1,30,000 ਰੇਟ ਦੂਜਾ ਸੂਆ। ਵੀਰ ਕਹਿੰਦਾ ਵੀ ਕੱਲ੍ਹ ਹੀ ਸੂਈ ਹੈ, ਇਹ ਕੱਟੀ ਇਹਦੇ ਨਾਲ ਸੋਰ ਦੇ ਬਾਈ। ਸਿੰਗ ਕੁੰਡਿਆਂ ਦੀ ਹੈ, ਹਵਾਨੇ ਦੀ ਤਿਆਰੀ ਤੁਸੀਂ ਵੀਡੀਓ 'ਚੋਂ ਦੇਖ ਲਓਗੇ। ਹਜੇ ਬਿਲਕੁਲ ਤਾਜ਼ੀ ਇਹ ਵੀ ਸੂਈ, ਵੀ ਕੱਲ੍ਹ ਦੀ ਸੂਈ। ਪਿੱਠ ਪੁੜਾ ਇਹਦਾ ਤੁਸੀਂ ਦੇਖ ਸਕਦੇ ਹੋ ਇੱਦਾਂ ਦਾ। ਹਵਾਨਾ ਅੱਗੇ ਨੂੰ ਵੀ ਚੰਗਾ, ਪਛਾਣ ਨਾਲੋਂ ਅਗਾੜੀ ਜਿਹੜੀ ਉਹ ਅਗਲੇ ਪਾਸੇ ਨੂੰ ਹਵਾਨਾ ਜ਼ਿਆਦਾ ਵਧੀਆ ਤਰੀਕੇ ਨਾਲ ਦਿਖਾ ਰਹੀ ਹੈ। ਢਾਂਚਾ ਜਿਹੜਾ ਉਹ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ। ਇਹਦੇ ਅੱਗੇ ਦੱਸੋ, ਇੱਕ ਸੋਹਣੇ ਕੱਦ ਕਾਠ ਦੀ ਝੋਟੀ ਹੈ, ਗੱਬਣ ਹੈ ਵੀਰ ਕੋਲ, ਕਿੰਨਵਾਂ ਸੂਆ ਸੂਗੀ ਬਾਈ? ਇਹਨਾਂ ਦੂਜਾ ਸੂਆ ਸੋਹਣਾ ਜੀ। ਠੀਕ ਹੈ, ਕਿੰਨੇ ਕੁ ਦਿਨ ਲੈ ਜੂਗੀ? 10 ਦਿਨ ਬਾਕੀ ਹੈ। ਰੇਟ ਇਹਦਾ ਕੀ ਰੱਖਾਂਗੇ? ਇਹਦਾ ਵੀ 1.30 ਹੈ ਜੀ। 1,30,000 ਰੇਟ ਆ ਦੋਸਤੋ। ਪਿੱਠ ਪੁੜਾ ਦੇਖੋਗੇ ਉਹ ਵੀ ਚੌੜਾ, ਮੂੰਹ ਮੱਥਾ 6 ਪਸਿੰਗਾਂ ਦੀ ਬਣਤਰ ਬਹੁਤ ਸੋਹਣੀ ਹੈ, ਕੱਦ ਚੰਗਾ,
जेड ब्लैक ही दिसदी है, हजे दसां दिनां दी कच्ची है, हवाना पक्का ही रखूगी, पर थांडा साइज सोहना है। बहुता हवाना हजे नहीं बनाया क्योंकि जे दिन दस पए है तो नेड़ आके पशु पूरा भरदा है। बिल्कुल काली मज काली झोटी है दिसदी है, तुसीं हवाना तुरदी तो देखोगे चंगा दिखा रही है। हालांकि जे दसां दिनां दी इह कच्ची झोटी 1,30,000 डिमांड है, जेड ब्लैक बिल्कुल काली दिस रही है इस टाइम, पिठ पूरा फुल खुला तुसीं देख सकते हो। इहदी चमड़ी भी बरीक बिल्कुल दिसदी, हालांकि संभी चंगी है राजी है, पर मास बरीक है उपरों। एक मज होर लास्ट उत्ते तुहानूं दिखाउणा है, छोटे ते कुंडे सिंग दी इह कहनवा सूआ सूपूगी बई, इह जिहड़ी लास्ट तीजा किन्ने दिन लऊगी? ਇਹ 5-4 ਦਿਨ ਲੋ। ਰੇਟ ਇਹਦਾ? ਇਹਦਾ 1,10,000 1,10,000 ਰੇਟ, 5-4 ਦਿਨਾਂ ਦੀ ਕੱਚੀ, ਤੀਜਾ ਸੂਆ, ਸਿੰਗ ਬਿਲਕੁਲ ਛੋਟਾ ਤੇ ਕੁੰਡਾ, ਸਟਰਕਚਰ ਤੁਹਾਡੇ ਸਾਹਮਣੇ ਆ। ਹਵਾਨਾ ਚੌੜਾ ਪੂਰਾ ਪੱਕੇ ਹਵਾਨੇ ਦੀ ਹੈ, ਇਹਦਾ ਵੀ ਹਵਾਨਾ ਅੱਗੇ ਨੂੰ ਚੰਗਾ ਪਰ ਪਿਛਾਂਹ ਨੂੰ ਵੀ ਸੋਹਣਾ ਦਿਖਾਉਂਦੀ ਹੈ, ਹਜੇ 5-4 ਦਿਨ ਲੈਂਦੀ ਹੈ। ਇਹ ਵੀ ਬਰੀਕ ਚਮੜੀ ਦੀ ਹੈ ਬਿਲਕੁਲ, ਇਹਦਾ ਜਿਹੜਾ ਮਾਸ ਉੱਪਰ ਬਰੀਕ ਦਿਸਦਾ, ਪਤਲਾ ਦਿਸਦਾ, ਥਾਂਦਾ ਸਹਿਜ ਇਹਦਾ ਵੀ ਹੱਥੀਂ ਚਵਾਈ ਵਾਸਤੇ ਸੋਹਣਾ ਰਹੂਗਾ। ਸੋ ਇਹ ਲਾਸਟ ਉੱਤੇ ਤੁਹਾਨੂੰ ਮੱਝ ਦਿਖਾ ਰਿਹਾ, 6 ਮੱਝਾਂ ਦੱਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਰ ਕੋਲ ਵਿਕਰੀ ਵਾਲੀਆਂ ਹੈ। 6 ਮੱਝਾਂ ਤੋਂ ਬਿਨਾਂ ਦੱਸੋ, ਘਰ 'ਚ 2 ਗਾਵਾਂ ਖੜੀਆਂ, ਇਹ ਵੀ ਤੁਹਾਨੂੰ ਵੀਡੀਓ 'ਚ ਦਿਖਾ ਹੀ ਦਿੰਦੇ ਹਾਂ, ਜਿਹੜਾ ਵੀਰ ਪਸੰਦ ਕਰੂਗਾ ਆ ਕੇ ਦੇਖ ਸਕਦਾ। 1 ਬੈੜੇ ਜਿਹੜੀ ਪਹਿਲਾਂ ਸੂਆ ਸੁਣਦੀ ਹੈ, ਡਿਟੇਲ ਪੁੱਛ ਲੈਂਦੇ ਹਾਂ ਬਾਈ ਕਿੰਨੇ ਕੁ ਦਿਨ ਲੈ ਜੂਗੀ? ਇਹ ਪਹਿਲਾ ਸੂਆ ਜੀ, ਹਫ਼ਤਾ ਬਾਕੀ ਇਹਦਾ। ਦੰਦੋ ਕਿਵੇਂ? 2 ਦੰਦ। 2 ਦੰਦ ਰੇਟ ਇਹਦਾ? ਇਹਦਾ 72,000। 72,000 ਰੇਟ ਹੈ, 1 ਹਫ਼ਤਾ ਹਜੇ ਲੈਂਦੀ ਹੈ ਪਹਿਲਾ ਸੂਆ। ਹਵਾਨਾ ਚੰਗਾ ਬਣਾਉਂਦੀ ਆਉਂਦੀ ਹੈ, ਥਣ ਵੀ ਹੱਥੀਂ ਚਵਾਈ ਵਾਲੇ ਹੈ, ਨਿੱਕੀ ਜਿਹੀ ਸ਼ਾਖ 1/2 ਇੰਚ ਦੀ ਜਿਹੜੀ ਉਹ ਕਬਹਿਣੀ ਵਾਲੇ ਪਾਸੇ ਦੋਵਾਂ ਥਣਾਂ ਦੇ ਸੰਨ 'ਚ ਦਿਸਦੀ ਹੈ, ਪਰ ਜਿਹੜਾ ਚਵਾਈ ਵਾਲਾ ਥਣ ਹੈ ਉਹਦਾ ਸਾਈਜ਼ ਬਹੁਤ ਸੋਹਣਾ। ਸੋ ਵੈਸੇ ਆਮ ਗਾਵਾਂ ਦੇ HF ਦੇ ਖਾਸ ਕਰਕੇ ਜਿਹੜੀ ਉਹ ਆ ਜਾਂਦੀ ਹੈ। ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ, ਕੱਦ ਕਾਠ ਜਿਹੜਾ ਉਹ ਮੀਡੀਅਮ 'ਚ 2 ਦੰਦ, ਸੋਹਣੀ ਵੱਛੀ ਹੈ। ਉਹ 72,000 ਇਹਦਾ ਰੇਟ ਹੈ, ਇਹ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ। ਇਸ ਸਾਈਡ 'ਤੇ ਜਿਹੜੀ ਸ਼ਾਖ ਆ ਉਹ ਤੁਹਾਨੂੰ ਜ਼ਰੂਰ ਧਿਆਨ 'ਚ ਲਿਆ ਦੇਣਾ ਤਾਂ ਕਿ ਜਿਹੜਾ ਵੀਰ ਆਵੇ ਉਹ ਦੇਖ ਸਕੇ। ਇਹਦੂ ਬਾਅਦ 'ਚ ਇੱਕ ਹੋਰ ਗਾਂ ਵੀਰ ਕੋਲ, ਇਹ ਕਿੰਨਵਾਂ ਸੂਆ ਬਾਈ? ਇਹ ਦੂਜਾ ਸੂਆ ਸੁਣੀ ਹੈ। ਕਿੰਨੇ ਦਿਨ ਲੈ ਜੂ? ਇਹਦੇ 15 ਦਿਨ ਬਾਕੀ। ਇਹਦਾ ਰੇਟ? ਇਹਦਾ ਰੇਟ 72,000। 72,000 ਦੂਜਾ ਸੂਆ, 15 ਦਿਨਾਂ ਦੀ ਹਜੇ ਕੱਚੀ ਹੈ, ਮੀਡੀਅਮ ਹਾਈਟ ਦੀ ਗਾਂ, ਥਾਂਡਾ ਸਹਿਜ ਸੋਹਣਾ। ਹਵਾਨਾ ਜਿੰਨਾ ਕੁ ਬਣਾਇਆ ਉਹ ਤੁਸੀਂ ਵੀਡੀਓ 'ਚੋਂ ਦੇਖ ਲੈਣਾ, ਬਾਕੀ ਅਜੇ ਦਿਨ ਇਹਦੇ ਕਾਫੀ ਪਏ ਆ, 15 ਦਿਨਾਂ ਦੀ ਕੱਚੀ ਹੈ, ਮੋੜ ਲਵੇ। ਸੋ ਰੇਟ ਇਹਦਾ ਜਿਹੜਾ ਰੱਖਿਆ ਵੀਰ ਨੇ ਉਹ 72,000 ਹੈ। ਦੋਨਾਂ ਗਾਵਾਂ ਦਾ ਰੇਟ ਸੇਮ ਹੈ, ਇੱਕ ਦੂਜਾ ਸੂਆ ਅਤੇ ਦੂਜੀ ਜਿਹੜੀ ਉਹ ਪਹਿਲਾ ਸੂਆ ਸੁਣਦੀ ਹੈ, ਅਤੇ ਨਾਲ ਹੈਗੀਆਂ 6 ਮੱਝਾਂ। 8 ਪਸ਼ੂ ਦਿਖਾਏ ਆ ਵੀਡੀਓ 'ਚ, ਤੁਹਾਨੂੰ ਜਿਹੜਾ ਨਾਗ ਚੰਗਾ ਲੱਗਦਾ, 1 ਖਰੀਦਣਾ 1, 2 ਖਰੀਦਣੇ 2, ਆ ਕੇ ਦੇਖਣਾ ਤੁਹਾਡਾ ਹੱਕ ਹੈ, ਤਸੱਲੀ ਤੁਸੀਂ ਕਰਨੀ ਹੈ। ਧੰਨਵਾਦ, ਦੱਸੋ ਵੀਡੀਓ ਦੇਖਣ ਲਈ।